ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਭੇਜ ਸਿੰਘ ਸਿੱਧੂ ਮਜੀਠੇ ਤੋਂ ਤੇ ਨਾਲ ਭਾਈ ਮਨਮੀਤ ਖਾਲਸਾ ਜੀ। ਅਸੀਂ ਅੱਜ ਇੱਥੇ ਮੌਜੂਦ ਹਾਂ ਅੰਮ੍ਰਿਤਸਰ ਵਿਖੇ। 22 ਜੂਨ ਖਾਲਸਾ ਜੀ ਅੱਜ ਹੋ ਚੁੱਕੀ ਆ ਤੇ ਭਾਈ ਅਮਰਤਪਾਲ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਤੇ ਜਿਹੜੀ ਗਲਤ ਮੰਦ ਧਾਰਾ ਲਾ ਕੇ ਸਰਕਾਰ ਨੇ ਉਹਨਾਂ ਨੂੰ ਅਸਾਮ ਦੀਆਂ ਜੇਲਾਂ ਤੇ ਕਈ ਸਿੰਘਾਂ ਨੂੰ ਹੋਰ ਜੇਲਾਂ ਦੇ ਅੰਦਰ ਸੁੱਟਿਆ ਹੋਇਆ, ਅੱਜ ਤਿਆਰੀ ਕਰਦਿਆਂ ਨੂੰ ਸਾਨੂੰ ਇੱਕ ਹਫ਼ਤਾ ਹੋ ਚੁੱਕਾ ਵਾ, ਪਰ ਅਜੇ ਤੱਕ ਪੂਰੇ ਪੰਜਾਬ ਜਾਂ ਖਾਸ ਕਰਕੇ ਅਸੀਂ ਮਾਝੇ ਦੇ ਵਿੱਚ ਮੌਜੂਦ ਹਾਂ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ। ਆਪਣੇ ਪਿੰਡ ਦੇਖ ਸਕਦੇ ਆ ਕਿ ਅਜੇ ਝੋਨਾ ਜਿਹੜਾ ਲੱਗ ਰਿਹਾ ਵਾ, ਅਜੇ ਤਕਰੀਬਨ ਕੋਈ 7-8 ਦਿਨ ਦੇ ਕਰੀਬ ਹੋਰ ਸਾਰੇ ਜਿਹੜੇ ਸਾਥੀ ਬਿਜੀ ਆ। ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਸਹਾਰਾ ਭਰਵਾਂ ਹੁੰਗਾਰਾ ਮਿਲ ਰਿਹਾ, ਜਿਸ ਦਾ ਕਿ ਪਹਿਲਾਂ ਮੈਂ ਸੋਚਿਆ ਨਹੀਂ ਸੀ, ਪਰ ਸੰਗਤ ਵੱਲੋਂ ਬਹੁਤ ਵੱਡਾ ਤੌਰ ਤੇ ਹੁੰਗਾਰਾ ਮਿਲ ਰਿਹਾ ਵਾ। ਤੇ ਪਰ ਇਹ ਆ ਵੀ ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰੀ ਸੰਗਤਾਂ ਆਪਣੇ ਘਰੇਲੂ ਕੰਮ ਕਾਰ ਕਰਕੇ ਫ੍ਰੀ ਹੋ ਜਾਣ, ਕਿਉਂਕਿ 7-8 ਦਿਨ ਦਾ ਟਾਈਮ ਹੋਰ ਲੱਗਣਾ ਵਾ। ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਆਪਣਾ ਹੰਬਲਾ ਮਾਰੀਏ ਤੇ ਸਰਕਾਰ ਦੇ ਕੰਨ ਖੋਲੀਏ ਕਿ ਇਸ ਤਰ੍ਹਾਂ ਜਿਹੜਾ ਵੀ ਕੋਈ ਸਿੱਖਾਂ ਦੀ ਆਵਾਜ਼ ਚੁੱਕਦਾ ਵਾ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਵਾ, ਉਸ ਨੂੰ ਉਸਦੀ ਆਵਾਜ਼ ਜਿਹੜੀ ਆ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਾ ਪ੍ਰੂਫ ਸਾਡੇ ਸਾਹਮਣੇ ਆ। ਪਰ ਗੱਲ ਇਹ ਆ ਕਿ ਜਿੰਨਾ ਚਿਰ ਤੱਕ ਅਸੀਂ ਜਾਗੇ ਨਾ, ਅਸੀਂ ਚੁੱਪ ਕਰਕੇ ਬੈਠੇ ਰਹੇ ਆਪਣੇ ਘਰਾਂ ਦੇ ਅੰਦਰ, ਇਸ ਤਰ੍ਹਾਂ ਦੀਆਂ ਹੋਰ ਵੀ ਅਣਗਿਣਤ ਜਿਹੜੀਆਂ ਕਾਰਵਾਈਆਂ ਪਾਉਂਦੀ ਰਹੂਗੀ ਸਰਕਾਰ, ਇਸ ਤਰ੍ਹਾਂ ਪਤਾ ਨੀ ਹੋਰ ਕਿੰਨੇ ਕੁ ਨੌਜਵਾਨਾਂ ਨਾਲ ਕਰੂਗੀ, ਕਿਉਂਕਿ ਅਸੀਂ ਇੱਥੇ ਰਹਿਣਾ ਵਾ, ਸਾਡਾ ਘਰ ਆ। ਸੋ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਆਪਣੀ ਕੌਮ ਦੀ ਗੱਲ ਕਰਨਾ, ਇਹ ਸਾਡਾ ਰਾਈਟ ਆ, ਇਹ ਸਾਡਾ ਕਾਨੂੰਨੀ ਅਧਿਕਾਰ ਆ। ਸੋ ਇਹਦੇ ਆਪਾਂ ਕਿਸੇ ਵੀ ਬੇਨਤੀ ਆ ਵੀ ਕੋਈ ਵੀ ਡਰਨ ਦੀ ਕੋਈ ਜ਼ਰੂਰਤ ਨਹੀਂ ਆ, ਕੋਈ ਅਸੀਂ ਕੋਈ ਚੋਰੀ ਨਹੀਂ ਕਰਨੀ, ਕੋਈ ਡਾਕਾ ਨਹੀਂ ਮਾਰਨਾ, ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਆ। ਸੋ ਆਓ ਰਲ ਮਿਲ ਕੇ ਹੋਰ ਵੀ ਸਾਰੀ ਸੰਗਤ ਨੂੰ ਪ੍ਰੇਰਿਤ ਕਰੀਏ ਤੇ ਜਿਹੜਾ 7-8 ਦਿਨਾਂ ਦੇ ਵਿੱਚ ਇਹ ਵਹੀਰ ਜਿਹੜੀ ਆ ਜਾਂ ਇੱਕ ਰੋਸ ਪ੍ਰਦਰਸ਼ਨ ਦੇ ਤੌਰ ਤੇ ਜਿਹੜਾ ਇੱਥੋਂ ਸ਼ੁਰੂ ਕਰਾਂਗੇ ਅੰਮ੍ਰਿਤਸਰ ਕਥਨਗੁਰ ਸਾਹਿਬ ਵਿਖੋਂ ਤੇ ਪੂਰੇ ਪੰਜਾਬ ਵਿੱਚ ਜਾਊਗੀ, ਅਗਰ ਸੰਗਤਾਂ ਪੂਰਾ ਇਸ ਤੋਂ ਵੀ ਵੱਧ ਹੁੰਗਾਰਾ ਦੇਣਗੀਆਂ। ਤੇ ਫਿਰ ਦੁਬਾਰਾ ਬੇਨਤੀ ਆ ਕਿ ਅੱਜ 22 ਜੂਨ ਹੋ ਚੁੱਕੀ ਆ ਤੇ ਤਕਰੀਬਨ 7-8 ਦਿਨਾਂ ਦੇ ਵਿੱਚ ਜਿਹੜਾ ਵਾ ਪਿੰਡਾਂ ਚ ਜਿਹੜੇ ਸਾਡੇ ਭਰਾ ਵਾ 7-8 ਦਿਨਾਂ ਦੇ ਵਿੱਚ ਝੋਨਾ ਲੱਗ ਜਾਣਾ ਵਾ, ਫ੍ਰੀ ਹੋ ਜਾਣਾ ਵਾ, 7-10 ਦਿਨਾਂ ਦਾ ਖੇਡ ਆ। ਸੋ ਉਨੇ ਦਿਨਾਂ ਤੱਕ ਅਸੀਂ ਹਰ ਫੋਨ ਦੇ ਵਿੱਚ ਹਰ ਇੱਕ ਤੱਕ ਇਹ ਖਬਰ ਪਹੁੰਚਾ ਦਈਏ ਕਿ ਅਸੀਂ ਅਜੇ ਸੁੱਤੇ ਨਹੀਂ, ਸਾਡੀਆਂ ਜ਼ਮੀਰਾਂ ਅਜੇ ਜਾਗਦੀਆਂ ਵਾ, ਅਸੀਂ ਆਪਣੀ ਕੌਮ ਪਿੱਛੇ, ਕੌਮ ਲਈ ਤੇ ਕੌਮ ਸਾਡੇ ਲਈ ਖੜੀ ਆ, ਤੇ ਅਸੀਂ ਆਪਣੇ ਕੌਮ ਦੇ ਜਿਹੜੇ ਸਿਰਲੱਥ ਯੋਧੇ ਉਹਨਾਂ ਲਈ ਵੀ ਅਸੀਂ ਖੜੇ ਆ। ਸੋ ਇਹਨਾਂ ਹੀ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।